ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਆਪਣੇ ਦੇਸ਼ ਦੇ ਨਾਲ। ਉਮੀਦ ਕਰਦੀ ਹਾਂ ਕਹਾਣੀ ਤੁਹਾਡੇ ਦਿਲ ਨੂੰ ਛੂਹ ਕੇ ਲੰਘੇਗੀ। ਆਪਣੇ ਵਿਚਾਰ ਪੂਰੀ ਕਹਾਣੀ ਸੁਣਨ ਤੋਂ ਬਾਅਦ ਜ਼ਰੂਰ ਲਿਖਿਓ। ਆਪਣੇ ਮਾਤਾ ਪਿਤਾ ਦੇ ਨਾਲ ਦੋਹਾਂ ਹੀ ਭਰਾਵਾਂ ਨੂੰ ਭਾਰਤ ਤੋਂ ਗਿਆ 16 ਵਰੇ ਹੋ ਚੁੱਕੇ ਸਨ ਅਤੇ ਇਹਨਾਂ 16 ਵਰਿਆਂ ਵਿੱਚ ਉਹ ਕਦੇ ਵੀ ਆਪਣੇ ਦੇਸ਼ ਭਾਰਤ ਨਹੀਂ ਸਨ ਆਏ। ਇੱਕ ਦੀ ਉਮਰ 1 ਸਾਲ ਸੀ, ਦੂਜੇ ਦੀ 2 ਸਾਲ ਜਦੋਂ ਇੱਥੋਂ ਗਏ ਸਨ। ਹੁਣ ਉਹ ਭਾਰਤ ਆਏ ਸਨ, ਇਸ ਲਈ ਉਹ ਭਾਰਤ ਨੂੰ ਕੁਝ ਇਉਂ ਹੀ ਦੇਖ ਰਹੇ ਸਨ ਜਿਵੇਂ ਕੋਈ ਵਿਦੇਸ਼ੀ ਜਾਂ ਅਨੇਤਰ ਦੇਖਦਾ ਹੁੰਦਾ ਹੈ। ਉਹਨਾਂ ਲਈ ਭਾਰਤ ਆਪਣਾ ਨਹੀਂ, ਕਿਸੇ ਹੋਰ ਦਾ ਦੇਸ਼ ਹੀ ਸੀ। ਉਹਨਾਂ ਦਾ ਦੇਸ਼ ਕੈਨੇਡਾ ਸੀ, ਭਾਵੇਂ ਉਹ ਪੰਜਾਬੀ ਅਤੇ ਸਿੱਖ ਮਾਤਾ ਪਿਤਾ ਦੇ ਜਾਏ ਹੀ ਸਨ। ਨਿਰੰਜਨ ਸਿੰਘ ਉਹਨਾਂ ਦਾ ਪਿਤਾ ਜਾਣ ਬੁੱਝ ਕੇ ਉਹਨਾਂ ਨੂੰ ਭਾਰਤ ਲੈ ਕੇ ਆਇਆ ਸੀ, ਇਸ ਲਈ ਕਿ ਉਹ ਵੀ ਆਪਣਾ ਦੇਸ਼ ਭਾਰਤ ਦੇਖ ਸਕਣ, ਕਿਉਂਕਿ ਉਹਨਾਂ ਨੇ ਭਾਰਤ ਉੱਕਾ ਹੀ ਨਹੀਂ ਸੀ ਦੇਖਿਆ ਹੋਇਆ। ਕੀ ਸੂਝ ਸੀ ਉਹਨਾਂ ਨੂੰ ਜਦੋਂ ਇੱਥੋਂ ਗਏ ਸਨ? ਬਸ ਉਹਨਾਂ ਜਨਮ ਹੀ ਇੱਕ ਇੱਥੇ ਲਿਆ ਸੀ, ਇਸ ਤੋਂ ਬਿਨਾਂ ਹੋਰ ਕੋਈ ਸੰਬੰਧ ਉਹਨਾਂ ਦਾ ਇੱਥੇ ਨਹੀਂ ਸੀ। ਵਰਾ ਵਰਾ 2-2 ਵਰੇ ਦੇ ਬਾਲ ਤਾਂ ਉਹ ਸਨ ਹੀ ਕੁੱਲ, ਭਲਾ ਕੀ ਲਗਾਓ ਹੋ ਸਕਦਾ ਸੀ ਉਹਨਾਂ ਨੂੰ ਇਸ ਧਰਤੀ ਨਾਲ? ਉਹਨਾਂ ਦਾ ਲਗਾਓ ਤਾਂ ਕੈਨੇਡਾ ਦੀ ਧਰਤੀ ਨਾਲ ਸੀ, ਕੈਨੇਡਾ ਦੇ ਬਿਰਛਾਂ ਬੂਟਿਆਂ ਨਾਲ। ਉੱਥੋਂ ਦੇ ਹੀ ਵਾਤਾਵਰਨ ਦੀ ਉਹਨਾਂ ਨੂੰ ਸਮਝ ਆ ਸਕਦੀ ਸੀ। ਕੈਨੇਡਾ ਵਿੱਚ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਸੀ, ਇਹ ਪੰਜਾਬੀ ਬੋਲ ਇਹਨਾਂ ਦੇ ਕੰਨੀ ਵੀ ਪੈਂਦੇ ਸਨ, ਪਰ ਬੋਲਣ 'ਚ ਇਹਨਾਂ ਦੇ ਉਚਾਰਨ ਉਹ ਨਹੀਂ ਹੁੰਦੇ ਸਨ ਜੋ ਉਹਨਾਂ ਦੇ ਮਾਤਾ ਪਿਤਾ ਜਾਂ ਦਾਦਾ ਦਾਦੀ ਦੇ ਹੁੰਦੇ ਸਨ। ਉਹਨਾਂ ਦੇ ਪੰਜਾਬੀ ਅਲਫਾਜ਼ ਮਲ ਮੇਲੀ ਅੰਗਰੇਜ਼ੀ ਲਬੇ ਲਹਿਜੇ ਦੇ ਹੋ ਜਾਂਦੇ ਸਨ। ਉਹ ਮੇਚ ਨਹੀਂ ਆਖ ਸਕਦੇ ਸਨ, ਟੇਬਲ ਆਖ ਸਕਦੇ ਸਨ। ਪੁਸਤਕ ਜਾਂ ਕਿਤਾਬ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ, ਕੇਵਲ ਬੁੱਕ ਆਖਣ ਨਾਲ ਹੀ ਉਹਨਾਂ ਨੂੰ ਸਮਝ ਪੈ ਸਕਦੀ ਸੀ। ਬੂਹਾ ਬਾਰੀ ਤਾਂ ਉੱਕਾ ਹੀ ਉਹ ਸਮਝ ਨਹੀਂ ਸਨ ਸਕਦੇ, ਉਹਨਾਂ ਲਈ ਇਹ ਸਿਰਫ ਡੋਰ ਤੇ ਵਿੰਡੋ ਹੀ ਹੋ ਸਕਦੇ ਸਨ। ਵਿੰਡੋ ਵੀ ਫਿਰ ਵਿੰਡੋ ਨਹੀਂ, ਉਹਨਾਂ ਲਈ ਤਾਂ ਇਹ ਵਿੰਡਾ ਹੀ ਸੀ, ਜਿਵੇਂ ਯੈਸ ਯੈਸ ਨਹੀਂ, ਉਹਨਾਂ ਲਈ ਇਹ ਯਾ ਸੀ। ਅੰਗਰੇਜ਼ੀ ਉਹ ਬਹੁਤ ਸੋਹਣੀ ਅਤੇ ਸਥਾਨਕ ਬੋਲ ਸਕਦੇ ਸਨ, ਪਰ ਪੰਜਾਬੀ ਨਹੀਂ। ਪੰਜਾਬੀ ਉਹ ਇਉਂ ਬੋਲਦੇ ਸਨ ਜਿਵੇਂ ਕੋਈ ਵਿਦੇਸ਼ੀ ਸਿੱਖ ਸੁੱਕ ਕੇ ਬੋਲਦਾ ਹੁੰਦਾ। ਨਿਰੰਜਨ ਸਿੰਘ ਪੜ੍ਹਿਆ ਲਿਖਿਆ ਸੂਝਵਾਨ ਵਿਅਕਤੀ ਸੀ, BA BEd ਪਾਸ ਸੀ ਅਤੇ ਇੱਧਰ ਪੰਜਾਬ 'ਚ ਉਹ ਅਧਿਆਪਕ ਲੱਗਾ ਹੁੰਦਾ ਸੀ। ਖੱਬੇ ਪੱਖੀ ਜਾਤ ਵਿਚਾਰਧਾਰਾ ਦਾ ਧਾਰਨੀ ਸੀ, ਹੇਠਲੀ ਮੱਧ ਸ਼੍ਰੇਣੀ ਦੇ ਇੱਕ ਕਿਸਾਨ ਪਰਿਵਾਰ ਦਾ ਜੰਮਪਲ ਸੀ। ਮੋਗੇ ਵੱਲ ਸੀ ਪਿੰਡ ਉਹਦਾ, ਗੁਜ਼ਾਰਾ ਮਾੜਾ ਨਹੀਂ ਸੀ, ਪਰ ਹੋਰ ਵੀ ਚੰਗੇ ਜੀਵਨ ਦੇ ਲਈ ਉਹ ਇੱਥੋਂ ਨੌਕਰੀ ਛੱਡ ਕੇ ਕੈਨੇਡਾ ਚਲਾ ਗਿਆ ਸੀ ਅਤੇ ਅੱਜ ਕੱਲ੍ਹ ਉਹ ਉੱਥੇ ਵੈਨਕੂਵਰ ਵਿੱਚ ਰਹਿ ਰਿਹਾ ਸੀ। ਆਪ ਤਾਂ ਉਹ ਪੂਰੇ ਦਾ ਪੂਰਾ ਪੰਜਾਬੀ ਸੀ, ਪਰ ਉਹਨੂੰ ਆਪਣੇ ਪੁੱਤਰਾਂ ਬਾਰੇ ਚਿੰਤਾ ਜਿਹੀ ਰਹਿੰਦੀ ਸੀ ਕਿ ਉਹ ਵੀ ਉਹਦੇ ਵਾਂਗ ਹੀ ਪੰਜਾਬੀ ਹੋਣ। ਇਹ ਸਮੱਸਿਆ ਭਾਵੇਂ ਉਸੇ ਇਕੱਲੇ ਦੀ ਨਹੀਂ ਸੀ, ਬਲਕਿ ਸਾਰੇ ਉਹਨਾਂ ਪੰਜਾਬੀਆਂ ਅਤੇ ਭਾਰਤੀਆਂ ਦੀ ਸੀ ਜੋ ਉਸ ਵਾਂਗ ਇੱਥੋਂ ਜਾ ਕੇ ਇੰਗਲੈਂਡ, ਅਮਰੀਕਾ ਜਾਂ ਕੈਨੇਡਾ ਵਸੇ ਹੋਏ ਸਨ। ਤਾਂ ਵੀ ਜਿਵੇਂ ਉਹਨੂੰ ਇਹ ਗੱਲ ਕੁਝ ਬਹੁਤੀ ਹੀ ਮਹਿਸੂਸ ਹੁੰਦੀ, ਕਿਉਂਕਿ ਉਸਨੂੰ ਪਤਾ ਸੀ ਕਿ ਆਪਣੀ ਬੋਲੀ ਅਤੇ ਸੱਭਿਆਚਾਰ ਦੀ ਕੀ ਮਹੱਤਤਾ ਹੁੰਦੀ ਆ। ਇਹਨਾਂ ਬਿਨਾਂ ਤਾਂ ਜਿਵੇਂ ਬੰਦਾ ਉੱਕਾ ਕੁਝ ਵੀ ਨਹੀਂ। ਠੀਕ ਹੈ, ਕੈਨੇਡਾ ਵਿੱਚ ਉਹ ਇਹਨਾਂ ਆਪਣੇ ਪੁੱਤਰਾਂ ਨੂੰ ਉਹ ਸਭ ਕੁਝ ਦੱਸਦਾ ਸੀ ਜੋ ਭਾਰਤ ਜਾਂ ਪੰਜਾਬ ਬਾਰੇ ਉਹਨਾਂ ਲਈ ਜ਼ਰੂਰੀ ਸੀ, ਰਮਾਇਣ, ਮਹਾਭਾਰਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਉਹ ਉਹਨਾਂ ਨੂੰ ਦੱਸਦਾ ਹੁੰਦਾ ਸੀ।
ਤੇ ਇੱਥੋਂ ਦੇ ਦਰਿਆਵਾਂ ਤੇ ਪਹਾੜਾਂ ਆਦਿ ਬਾਰੇ ਵੀ। ਪੰਜਾਬ ਵਿੱਚ ਕਦੇ 5 ਦਰਿਆ ਵਗਦੇ ਹੁੰਦੇ ਸਨ, ਪਰ ਹੁਣ 2 ਰਹਿ ਗਏ ਹਨ ਤੇ 3 ਦੂਜੇ ਪਾਸੇ ਪਾਕਿਸਤਾਨ ਵਿੱਚ ਚਲੇ ਗਏ ਹਨ। ਪਾਕਿਸਤਾਨ ਹਿੰਦੁਸਤਾਨ ਨੂੰ ਕੱਟ ਕੇ ਬਣਾਇਆ ਗਿਆ। ਪਹਿਲਾਂ ਪਾਕਿਸਤਾਨ ਸਾਰਾ ਇੰਡੀਆ ਵਿੱਚ ਹੀ ਹੁੰਦਾ ਸੀ। ਪਾਕਿਸਤਾਨ ਤਾਂ ਕੱਲ੍ਹ ਬਣਿਆ 1947 ਵਿੱਚ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਂ ਉਹਨਾਂ ਵੈਨਕੂਵਰ ਗੁਰਦੁਆਰੇ ਵਿੱਚ ਬਹੁਤ ਵਾਰ ਦਰਸ਼ਨ ਕੀਤੇ ਸਨ, ਰੇਸ਼ਮੀ ਰੁਮਾਲਿਆਂ ਤੇ ਬੜੀ ਹੀ ਸੁੰਦਰ ਪਾਲਕੀ ਵਿੱਚ। ਸੰਡੇ ਨੂੰ ਉਹ ਡੈਡ ਨਾਲ ਬਹੁਤ ਵਾਰ ਵੈਨਕੂਵਰ ਗੁਰਦੁਆਰੇ ਗਏ ਸਨ। ਇਹ ਵੀ ਉਹਨਾਂ ਨੂੰ ਦੱਸਿਆ ਹੋਇਆ ਸੀ ਕਿ ਆਪਾਂ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲੇ ਹਾਂ ਤੇ ਆਪਣੇ 10 ਗੁਰੂ ਹੋਏ ਹਨ। ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਉਹਨਾਂ ਦੋਨਾਂ ਨੇ ਹੀ 10 ਗੁਰੂਆਂ ਦੀਆਂ ਤਸਵੀਰਾਂ ਵੀ ਦੇਖੀਆਂ ਹੋਈਆਂ ਸਨ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੀ ਤਸਵੀਰ ਦੇਖ ਕੇ ਇੱਕ ਨੇ ਪੁੱਛਿਆ, ਡੈਡ ਇਹ ਚਾਈਲਡ ਵੀ ਗੁਰੂ ਸੀ? ਹਾਂ, ਇਹ ਵੀ ਗੁਰੂ ਸਨ। ਚਾਈਲਡ ਨਾ ਕਹੋ, ਬਾਬਾ ਜੀ ਕਹੋ, ਗੁਰੂ ਮਹਾਰਾਜ ਕਹੋ, ਇਹ ਸਾਡੇ 8ਵੇਂ ਗੁਰੂ ਸਨ। ਨਮਸਕਾਰ ਕਰੋ ਬੇਟਾ, ਨਮਸਕਾਰ ਕਰੋ, ਉਸਨੇ ਆਪ ਹੱਥ ਜੋੜ ਕੇ ਨਮਸਕਾਰ ਕਰਕੇ ਕਿਹਾ, ਇਉਂ ਕਰੋ ਨਮਸਕਾਰ। ਉਹਨਾਂ ਦੋਹਾਂ ਨੇ ਹੱਥ ਜੋੜ ਕੇ ਉਵੇਂ ਹੀ ਨਮਸਕਾਰ ਕੀਤਾ, ਪਰ ਓਪਰਿਆਂ ਜਿਹਾ ਵਾਂਗ, ਕਿਉਂਕਿ ਉਸ ਵਾਂਗ ਤਾਂ ਉਹਨਾਂ ਨੂੰ ਕਰਨਾ ਆਉਂਦਾ ਹੀ ਨਹੀਂ ਸੀ। ਰਮਾਇਣ ਤੇ ਮਹਾਂਭਾਰਤ ਦੇ ਭਾਰਤ ਵਿੱਚ TV ਸੀਰੀਅਲ ਬਣ ਚੁੱਕੇ ਹਨ। ਇਹਨਾਂ ਦੀਆਂ ਕੈਸਟਾਂ ਕੈਨੇਡਾ ਵਿੱਚ ਵੀ ਪਹੁੰਚ ਗਈਆਂ ਸਨ। ਉਹਨਾਂ ਨੇ VCR ਰਾਹੀਂ ਇਹ ਕੈਸਟਾਂ TV ਤੇ ਉਹਨਾਂ ਨੂੰ ਦਿਖਾਈਆਂ ਸਨ, ਪਰ ਉਹਨਾਂ ਨੂੰ ਕੁਝ ਬਹੁਤੀ ਇਹਨਾਂ ਦੀ ਸਮਝ ਨਹੀਂ ਆ ਸਕੀ, ਕਿਉਂਕਿ ਭਾਰਤ ਦੇ ਬੱਚਿਆਂ ਵਾਂਗ ਇਹ ਉਹਨਾਂ ਦੇ ਆਪਣੇ ਜੀਵਨ ਵਿੱਚ ਰਚੀਆਂ ਮਿਚੀਆਂ ਨਹੀਂ ਸਨ। ਭਾਰਤ ਦੇ ਬੱਚਿਆਂ ਦੇ ਤਾਂ ਇਹ ਖੂਨ ਵਿੱਚ ਰਚੀਆਂ ਹੁੰਦੀਆਂ ਹਨ। ਰਮਾਇਣ ਵਿੱਚ ਹਨੂੰਮਾਨ ਜੀ ਤੇ ਉਹਨਾਂ ਦੀ ਬਾਨਰ ਸੈਨਾ ਉਹਨਾਂ ਨੂੰ ਬੜੀ ਹੀ ਅਦਭੁਤ ਲੱਗਦੀ ਸੀ। ਉਹਨਾਂ 'ਚੋਂ ਇੱਕ ਨੇ ਹਨੂੰਮਾਨ ਨੂੰ ਦੇਖ ਕੇ ਕਿਹਾ ਸੀ, ਡੈਡ ਇੰਡੀਆ ਵਿੱਚ ਪੂਛਾਂ ਵਾਲੇ ਲੋਕ ਵੀ ਹੁੰਦੇ ਨੇ? ਨਹੀਂ, ਉਸਨੇ ਹੱਸ ਕੇ ਕਿਹਾ, ਫਿਰ ਇਹ ਕਿੱਥੋਂ ਆ ਗਏ? ਇਹ ਗੱਲ ਕੁਝ ਹੋਰ ਆ, ਇਹ ਘੜੀ ਹੋਈ ਕਹਾਣੀ ਹੈ, ਇਹ ਹੂਬ ਹੂ ਸੱਚ ਨਹੀਂ। ਫਿਰ ਇਹ ਘੜੀ ਕਿਉਂ ਗਈ, ਝੂਠ? ਬੇਟਾ ਇਹ ਪ੍ਰਾਚੀਨ ਕਹਾਣੀ ਹੈ, ਇਹ ਇਸੇ ਤਰ੍ਹਾਂ ਹੀ ਹੁੰਦੀ ਆ, ਘੜੀ ਹੋਈ, ਮਨੋਕਲਪਿਤ, ਇਸ ਨੂੰ ਮਿਥਿਹਾਸ ਵੀ ਕਹਿੰਦੇ ਹਨ, ਅੰਗਰੇਜ਼ੀ ਵਿੱਚ ਮਾਇਥੋਲੋਜੀ। ਇਹ ਹਰ ਕੌਮ ਦੀ ਹੁੰਦੀ ਹੈ, ਮਿਸਰ ਦੀ, ਯੂਨਾਨ ਦੀ, ਚੀਨ ਦੀ। ਇਹ ਆਪਣੀ ਹੈ, ਇਹ ਆਪਣੇ ਦੇਸ਼ ਭਾਰਤ ਦੀ ਰੂਹ ਹੈ। ਅੱਛਾ, ਇਹ ਰੂਹ ਹੈ? ਤੇ ਉਹ ਦੋਨੋਂ ਹੱਸ ਪਏ। ਨਿਰੰਜਨ ਸਿੰਘ ਨੇ ਸੋਚਿਆ ਕਿ ਇਹ ਬੱਚੇ ਇੱਥੇ ਹੀ ਜਵਾਨ ਹੁੰਦੇ ਜਾ ਰਹੇ ਹਨ, ਜੇ ਹੋਰ ਵਰੇ ਲੰਘ ਗਏ ਤਾਂ ਹੋਰ ਵੱਡੇ ਹੋ ਜਾਣਗੇ ਤੇ ਫਿਰ ਤਾਂ ਇਹ ਉੱਕਾ ਹੀ ਭਾਰਤ ਨੂੰ ਜਾਣ ਹੀ ਨਹੀਂ ਸਕਣਗੇ, ਆਪਣੀ ਮਾਤਰ ਭੂਮੀ ਨੂੰ। ਇਹਨਾਂ ਨੂੰ ਹੁਣੇ ਭਾਰਤ ਤੇ ਪੰਜਾਬ ਲੈ ਕੇ ਜਾਣਾ ਚਾਹੀਦਾ ਹੈ, ਦਿੱਲੀ ਦੇਖਣ, ਮੋਗਾ ਦੇਖਣ, ਤਾਜ ਦੇਖਣ, ਪਿੰਡ ਦੇਖਣ। ਅੰਮ੍ਰਿਤਸਰ ਦਰਬਾਰ ਸਾਹਿਬ ਤਾਂ ਹਰ ਹਾਲ ਹੀ ਦੇਖਣਾ ਚਾਹੀਦਾ ਹੈ, ਤੇ ਜਲ੍ਹਿਆਂਵਾਲਾ ਬਾਗ ਵੀ। ਇਹਨਾਂ ਨੂੰ ਤਾਂ ਜਲ੍ਹਿਆਂਵਾਲੇ ਬਾਗ ਬਾਰੇ ਉੱਕਾ ਹੀ ਪਤਾ ਨਹੀਂ, ਤੇ ਉਹ ਉਹਨਾਂ ਨੂੰ ਦਸੰਬਰ ਦੇ ਅੱਧ ਵਿਚਕਾਰ ਜਿਹੇ ਇੰਡੀਆ ਲੈ ਕੇ ਆ ਗਿਆ ਸੀ। ਹੁਣ ਉਹਨਾਂ ਨੂੰ ਇੱਧਰ ਉੱਧਰ ਪੰਜਾਬ ਤੇ ਹੋਰੀ ਥਾਈਂ ਸੈਰ ਕਰਾ ਰਿਹਾ ਸੀ। ਉਸਦੇ ਆਪਣੇ ਪਿੰਡ ਦੇ ਵਿੱਚ ਹੀ ਕਿਸੇ ਕੋਲ ਇੱਕ ਵੈਨ ਸੀ ਜੋ ਆਪ ਡਰਾਈਵ ਕਰਕੇ ਉਹਨੂੰ ਟੈਕਸੀ ਵਜੋਂ ਵਾਹੁੰਦਾ ਸੀ। ਉਹਨੇ ਸਾਰੇ ਸਮੇਂ ਲਈ ਉਹੀ ਆਪਣੇ ਪਿੰਡ ਦੀ ਵੈਨ ਕਿਰਾਏ ਉੱਤੇ ਲੈ ਲਈ ਸੀ, ਪੈਸੇ ਦੀ ਫਿਕਰ ਨਹੀਂ ਸੀ।
ਕਾਫੀ ਖੁੱਲਾ ਖਰਚ ਕਰ ਸਕਣ ਦੇ ਪ੍ਰੋਖੋਂ ਸੀ। ਵੈਸੇ ਇਉਂ ਸਾਲਮ ਕੀਤੀ ਵੈਨ ਸਸਤੀ ਵੀ ਸੀ ਤੇ ਸੁਖਦਾਇਕ ਵੀ, ਜਿਵੇਂ ਆਪਣੀ ਹੀ ਗੱਡੀ ਹੋਵੇ। 5 ਜਣੇ ਸਨ ਉਹ ਵੈਨ ਵਿੱਚ, 3 ਆਪ ਸਨ, 2 ਮੁੰਡੇ ਤੇ ਇੱਕ ਉਸਦਾ ਦੋਸਤ ਸੀ ਜਿਸ ਨੂੰ ਉਹਨੇ ਨਾਲ ਲੈ ਲਿਆ, ਤੇ 5ਵਾਂ ਡਰਾਈਵਰ ਸੀ। ਇਸ ਸਮੇਂ ਉਹ ਆਗਰਾ ਤੋਂ ਦਿੱਲੀ ਵੱਲ ਆ ਰਹੇ ਸਨ ਤੇ ਅੱਜ ਰਾਤ ਦਿੱਲੀ ਹੀ ਇੱਕ ਦੋਸਤ ਦੇ ਕੋਲ ਰਹਿਣਾ ਸੀ ਜੋ MP ਸੀ। ਜਨਵਰੀ ਦਾ ਪਹਿਲਾ ਹਫ਼ਤਾ ਅੰਤ ਨੂੰ ਛੋ ਰਿਹਾ ਸੀ। ਇਸ ਸਮੇਂ ਸ਼ਾਮ ਰਾਤ ਦੀਆਂ ਜੂਹਾਂ ਵੱਲ ਵੱਧ ਰਹੀ ਸੀ। ਅਚਾਨਕ ਉਹਨਾਂ ਸੋਚਿਆ ਕਿ ਉੱਥੇ ਹੀ ਜਾ ਵੱਜਣ ਦੀ ਥਾਂ ਪਾਰਲੀਮੈਂਟ ਦੇ ਮੈਂਬਰ ਦੇ ਘਰ ਫੋਨ ਕਰ ਲੈਣਾ ਚਾਹੀਦਾ ਹੈ। ਘਰ ਹੋਵੇ ਤਾਂ ਠੀਕ ਹੈ, ਨਹੀਂ ਤਾਂ ਫਿਰ ਕਿਤੇ ਹੋਰ ਰਹਿਣ ਦਾ ਇੰਤਜ਼ਾਮ ਕੀਤਾ ਜਾਵੇ। ਉਹੀ ਉਹ ਗੱਲ ਹੋਈ ਸੀ। ਉਹਨਾਂ ਜਦ ਕਿਸੇ STD ਤੋਂ ਫੋਨ ਕੀਤਾ ਤਾਂ ਪਤਾ ਲੱਗਾ ਕਿ MP ਸਾਹਿਬ ਤਾਂ ਅੱਜ ਇੱਥੇ ਨਹੀਂ ਹਨ, ਮਦਰਾਸ ਗਏ ਹੋਏ ਹਨ ਤੇ ਕੱਲ੍ਹ ਨੂੰ ਵਾਪਸ ਆ ਰਹੇ ਹਨ। ਉਹਨਾਂ ਬਿਨਾਂ ਘਰ ਰਹਿਣ ਦਾ ਵੀ ਕੋਈ ਮਤਲਬ ਨਹੀਂ ਸੀ। ਤਦੇ ਉਸਦੇ ਦੋਸਤ ਨੇ ਇੱਕ ਹੋਰ ਪਾਸੇ ਵੱਲ ਰਿੰਗ ਘੁਮਾਈ। ਉਹਦਾ ਵੀ ਇੱਕ ਜਿਗਰੀ ਦੋਸਤ ਰੋਹਿਣੀ ਵਿਖੇ ਰਹਿੰਦਾ ਸੀ, ਜਿਸ ਦਾ ਆਪਣਾ ਘਰ ਸੀ ਤੇ ਬੜਾ ਹੀ ਮਹਿਮਾਨ ਨਿਵਾਜ਼ ਸੀ। ਉਸਨੂੰ ਉਹ ਦੋਸਤ ਘਰ ਹੀ ਮਿਲ ਗਿਆ। ਕਿਹਾ ਗਿਆ ਕਿ 5 ਜਣੇ ਉਸ ਕੋਲ ਆ ਰਹੇ ਹਾਂ ਤੇ ਉਸੇ ਕੋਲ ਰਾਤ ਰਹਾਂਗੇ, ਵੈਨ ਤੇ ਆ ਰਹੇ ਹਾਂ। 5 ਬਾਰੇ ਵੀ ਸਾਰਾ ਵਿਸਥਾਰ ਦੱਸ ਦਿੱਤਾ ਗਿਆ ਕਿ 3 ਕੈਨੇਡਾ ਵਾਲੇ ਹਨ, 1 ਡਰਾਈਵਰ, 1 ਉਹ ਆਪ। ਘੰਟੇ ਸਵਾ ਘੰਟੇ ਤੱਕ ਉਹ ਉਸ ਕੋਲ ਆ ਪੁੱਜੇ ਸਨ। ਇੱਕ ਹੋਰ ਦੋਸਤ ਵੀ ਪੰਜਾਬ ਤੋਂ ਆਇਆ ਹੋਇਆ ਸੀ ਜੋ ਸ਼ਾਮੀ 5 ਵਜੇ ਦੇ ਨਾਲ ਹੀ ਉਸ ਕੋਲ ਆ ਪੁੱਜਾ ਸੀ। ਚਲੋ ਠੀਕ ਹੋ ਗਿਆ ਸੀ, ਮੇਜ਼ਬਾਨ ਖੁਸ਼ ਸੀ ਤੇ ਮਹਿਫਿਲ ਜਿਹੀ ਬਣ ਗਈ ਸੀ। ਡਰਾਇੰਗ ਰੂਮ ਵਿੱਚ ਸਾਰੇ ਹੀ ਦੀਵਾਨ ਤੇ ਸੋਫਿਆਂ ਉੱਤੇ ਇੱਧਰ ਉੱਧਰ ਬਹਿ ਗਏ ਸਨ। ਸਫ਼ਰ ਨਾਲ ਥੱਕੇ ਹੋਏ ਤਾਂ ਥੋੜ੍ਹਾ ਬਹੁਤ ਸਾਰੇ ਹੀ ਸਨ, ਪਰ ਮੁੰਡੇ ਦੋਵੇਂ ਥੋੜ੍ਹਾ ਜਿਹਾ ਮੁਰਝਾਏ ਜਿਹੇ ਲੱਗ ਰਹੇ ਸਨ। ਇਉਂ ਜਾਪਦਾ ਸੀ ਜਿਵੇਂ ਉਹਨਾਂ ਦਾ ਮਨ ਇੱਥੇ ਨਹੀਂ, ਸਗੋਂ ਕਿਸੇ ਹੋਰ ਹੀ ਥਾਵੇਂ ਗਿਆ ਹੋਇਆ ਸੀ। ਚੁੱਪ ਚਾਪ ਬੈਠੇ ਉਹ ਖਾਲੀ ਖਾਲੀ ਅੱਖਾਂ ਨਾਲ ਕੰਧਾਂ ਵੱਲ ਜਾਂ ਇੱਧਰ ਉੱਧਰ ਬਿੱਟ ਬਿੱਟ ਤੱਕ ਰਹੇ ਸਨ, ਜਿਵੇਂ ਉਹਨਾਂ ਕੋਲੋਂ ਕੁਝ ਗਵਾਚ ਗਿਆ ਹੁੰਦਾ ਤੇ ਲੱਭ ਹੀ ਨਹੀਂ ਰਿਹਾ ਹੁੰਦਾ। ਮੇਜ਼ਬਾਨ ਨੇ ਚਾਹ ਪੁੱਛੀ। ਚਾਹ ਦਾ ਸਮਾਂ ਹੀ ਨਹੀਂ ਸੀ ਤੇ ਚਾਹ ਉਹਨਾਂ ਰਾਹ ਵਿੱਚ ਕਿਤੇ ਪੀ ਲਈ ਹੋਈ ਸੀ। ਕੌਫੀ ਬਾਰੇ ਪੁੱਛਿਆ ਗਿਆ, ਕੌਫੀ ਵੀ ਨਹੀਂ ਸੀ ਚਾਹੀਦੀ। 9:45 ਸੀ ਇਸ ਸਮੇਂ ਰਾਤ ਦੇ। ਇਸ ਸਮੇਂ ਚਾਹ ਜਾਂ ਕੌਫੀ ਕਿਸੇ ਦੀ ਲੋੜ ਨਹੀਂ ਸੀ, ਬਸ ਖਾਣਾ ਖਾਣਾ ਸੀ, ਸੋ ਖਾਣਾ ਖਾ ਲਿਆ ਜਾਵੇਗਾ। ਮੇਜ਼ਬਾਨ ਕੋਲ ਬਾਹਰ ਦੀ ਵਧੀਆ ਵਿਸਕੀ ਆਈ ਪਈ ਸੀ। ਆਪ ਤਾਂ ਉਹ ਪੀਂਦਾ ਨਹੀਂ ਸੀ, ਆਏ ਗਏ ਕਿਸੇ ਮਿੱਤਰ ਦੀ ਸੇਵਾ ਲਈ ਜ਼ਰੂਰ ਉਸਦੇ ਅੱਗੇ ਰੱਖੀ ਜਾ ਸਕਦੀ ਸੀ। ਸੋ ਮੇਜ਼ ਉੱਤੇ ਕੱਚ ਦੇ ਗਲਾਸ ਤੇ ਵਿਸਕੀ ਦੀ ਸੁਨਹਿਰੀ ਬੋਤਲ ਰੱਖੀ ਗਈ। ਅੰਡੇ ਬਣ ਕੇ ਆ ਗਏ, ਸਲਾਦ ਦੀ ਪਲੇਟ ਤੇ ਸੇਬ ਵੀ ਆ ਗਏ ਸਨ ਤੇ ਅੰਦਰ ਕਿਚਨ ਵਿੱਚ ਖਾਣਾ ਤਿਆਰ ਹੋਣ ਲੱਗ ਪਿਆ ਸੀ। ਮੁੰਡੇ ਇੰਡੀਆ ਆਏ ਨੇ, ਇੰਡੀਆ ਦੀ ਦਾਲ ਸਬਜ਼ੀ, ਇੰਡੀਆ ਦੀ ਮਿੱਠੀ ਡਿਸ਼, ਇੰਡੀਆ ਦੇ ਫਲ ਫਰੂਟ। ਪਰ ਇਹ ਜਾਣ ਕੇ ਹੈਰਾਨੀ ਹੋਈ ਕਿ ਮੁੰਡੇ ਤਾਂ ਕਿਸੇ ਚੀਜ਼ ਨੂੰ ਵੀ ਮੂੰਹ ਨਹੀਂ ਸਨ ਲਾ ਰਹੇ। ਭਾਵੇਂ ਸਿਆਲ ਸੀ ਤੇ ਇਹਦੇ ਦਿਨ ਨਹੀਂ ਸਨ, ਤਾਂ ਵੀ ਆਉਂਦਿਆਂ ਹੀ ਸਭ ਨੂੰ ਕੱਚ ਦੇ ਗਲਾਸਾਂ ਵਿੱਚ ਪਾਣੀ ਦਿੱਤਾ ਗਿਆ ਸੀ ਤੇ ਸਭ ਨੇ ਥੋੜ੍ਹਾ ਥੋੜ੍ਹਾ ਪਾਣੀ ਪੀ ਵੀ ਲਿਆ ਸੀ। ਪਰ ਇਹਨਾਂ ਦੋਹਾਂ ਮੁੰਡਿਆਂ ਨੇ ਪਾਣੀ ਵੀ ਨਹੀਂ ਪੀਤਾ ਸੀ। ਕਿਹਾ ਗਿਆ ਕਿ ਇਹ ਤਾਂ ਇੱਥੋਂ ਦਾ ਪਾਣੀ ਪੀਂਦੇ ਹੀ ਨਹੀਂ ਹਨ, ਬਿਮਾਰ ਹੋਣ ਤੋਂ ਡਰਦੇ ਹਨ।
ਮੇਜ਼ਬਾਨ ਨੇ ਆਖਿਆ ਕਿ ਹੁਣੇ ਸੋਡਾ ਆ ਜਾਂਦਾ, ਕੋਕਾ ਕੋਲਾ ਆ ਜਾਂਦਾ, ਥਮਸ ਅਪ ਆ ਜਾਂਦਾ, ਪਰ ਕਿਹਾ ਗਿਆ ਨਹੀਂ, ਇਹਨਾਂ ਨੂੰ ਇਹਨਾਂ ਦੀ ਵੀ ਲੋੜ ਨਹੀਂ, ਇਹਨਾਂ ਨੇ ਇਹ ਵੀ ਪੀਣਾ ਨਹੀਂ ਹੈ। ਬੜੀ ਅਜੀਬ ਗੱਲ ਸੀ, ਆਖਰ ਇਹ ਪੀਂਦੇ ਕੀ ਸਨ ਫਿਰ? ਕਾਕਾ ਤੁਸੀਂ ਫਿਰ ਕੁਝ ਹੋਰ ਪੀ ਲਓ, ਮੇਜ਼ਬਾਨ ਨੇ ਕਿਹਾ, ਪਰ ਉਹ ਕੁਝ ਵੀ ਨਹੀਂ ਬੋਲੇ। ਜਦੋਂ ਦੂਜੀ ਵਾਰੀ ਫਿਰ ਆਖਿਆ, ਫਿਰ ਵੀ ਉਹ ਬੋਲੇ ਨਹੀਂ, ਬਸ ਉਹਨਾਂ ਥੋੜ੍ਹਾ ਜਿਹਾ ਨਾ ਆਖਣ ਲਈ ਸਿਰ ਹਿਲਾਇਆ। ਉਹਨਾਂ ਨੂੰ ਕਾਕਾ ਲਫ਼ਜ਼ ਦੀ ਵੀ ਸਮਝ ਨਹੀਂ ਆ ਸਕੀ ਸੀ, ਸ਼ਾਇਦ ਅਜਿਹੇ ਲਫ਼ਜ਼ ਉਹਨਾਂ ਦੇ ਕੰਨੀ ਪਏ ਹੀ ਨਹੀਂ ਸਨ ਕਦੇ। ਇਹਨਾਂ ਵਿੱਚ ਜੇ ਖੰਡ ਅਤੇ ਸ਼ਹਿਦ ਵਰਗੀ ਮਿੱਠਤ ਸੀ, ਉਹ ਉਸ ਤੋਂ ਜਾਣੂ ਨਹੀਂ ਸਨ। ਕੌਫੀ ਪੀ ਲਵੋ, ਨਹੀਂ, ਉਹਨਾਂ ਉਵੇਂ ਹੀ ਨਾ ਕਹਿਣ ਲਈ ਸਿਰ ਹਿਲਾਇਆ। ਇੰਨਾ ਚੰਗਾ, ਚਾਹ ਅਤੇ ਕੌਫੀ ਉਹਨਾਂ ਨੂੰ ਸਮਝ ਆ ਰਹੇ ਸਨ। ਖੈਰ, ਕੌਫੀ ਤਾਂ ਸਮਝ ਸਕਣਾ ਉਹਨਾਂ ਲਈ ਮੁਸ਼ਕਲ ਨਹੀਂ ਸੀ, ਇਹ ਅੰਗਰੇਜ਼ੀ ਲਫ਼ਜ਼ ਹੀ ਸੀ। ਤਾਂ ਹੁਣ ਉਹ ਕੀ ਖਾਣਗੇ? ਆਖਰ ਕੁਝ ਤਾਂ ਖਾਣਗੇ ਹੀ। ਤਦੇ ਦੱਸਿਆ ਗਿਆ ਕਿ ਆਂਡਿਆਂ ਦਾ ਇੱਕ ਇੱਕ ਸੈਂਡਵਿਚ ਲੈ ਲੈਣਗੇ, ਥੋੜ੍ਹਾ ਸੇਬ ਖਾ ਲੈਣਗੇ, ਪਾਣੀ ਨਹੀਂ ਪੀਣਗੇ। ਕੀ ਪੀਣਗੇ? ਕੁਝ ਵੀ ਨਹੀਂ। ਬੜੀ ਅਜੀਬ ਗੱਲ ਸੀ ਇਹ, ਮੁੰਡੇ ਸਨ ਕਿ ਇੱਕ ਪਹੇਲੀ, ਆਖਰ ਕੁਝ ਤਾਂ ਪੀਣਗੇ ਹੀ। ਉਹਨਾਂ ਨੂੰ ਉੱਥੇ ਬੈਠਣ ਵਿੱਚ ਵੀ ਕੋਈ ਦਿਲਚਸਪੀ ਨਹੀਂ ਸੀ, ਉਹ ਜਿਵੇਂ ਬੱਧੇ ਰੁੱਧੇ ਜਿਹੇ ਹੀ ਉੱਥੇ ਸਭ ਵਿੱਚ ਬੈਠੇ ਸਨ ਅਤੇ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਉਹ ਅੱਕ ਥੱਕ ਜਿਹੇ ਚੁੱਕੇ ਸਨ। ਇਹਨਾਂ ਦੀਆਂ ਉਣਿੰਦਰੀਆਂ ਅਤੇ ਥੱਕੀਆਂ ਥੱਕੀਆਂ ਅੱਖਾਂ ਵਿੱਚ ਲਾਲ ਡੋਰੇ ਦਿਸ ਰਹੇ ਸਨ ਅਤੇ ਉਬਾਸੀਆਂ ਵੀ ਉਹ ਘੜੀ ਮੁੜੀ ਲੈ ਰਹੇ ਸਨ। ਵਿਸਕੀ ਤਾਂ ਉਹ ਪੀਂਦੇ ਨਹੀਂ ਸਨ, ਟੀਨੇਜਰ ਹੋਣ ਕਾਰਨ ਉਹਨਾਂ ਨੂੰ ਅਜੇ ਇਸ ਵਾਲੇ ਪਾਸੇ ਲਾਇਆ ਹੀ ਨਹੀਂ ਗਿਆ ਸੀ। ਬੀਅਰ ਵੀ ਪੀਣੀ ਨਹੀਂ ਸੀ, ਉਂਝ ਵੀ ਉਹਨਾਂ ਨੂੰ ਹੁਣ ਬੀਅਰ ਦਿੱਲੀ ਵਿੱਚ ਨੇੜੇ ਕਿਤੇ ਮਿਲਣੀ ਨਹੀਂ ਸੀ, ਵਰਜਿਤ ਏਰੀਆ ਹੋਣ ਕਾਰਨ। ਖੈਰ, ਜੇ ਮਿਲ ਵੀ ਜਾਂਦੀ ਤਾਂ ਉਹਨਾਂ ਪੀਣੀ ਹੀ ਨਹੀਂ ਸੀ ਇੰਡੀਆ ਦੀ ਬੀਅਰ, ਉਹਨਾਂ ਨੂੰ ਤਾਂ ਕਨੇਡਾ ਦਾ ਹੀ ਖਾਣਾ ਪੀਣਾ ਮੁਆਫਕ ਸੀ। ਸਾਹ ਜ਼ਰੂਰ ਉਹ ਇੱਥੇ ਦੀਆਂ ਹਵਾਵਾਂ ਵਿੱਚ ਲੈ ਰਹੇ ਸਨ, ਇਸ ਲਈ ਮਜਬੂਰੀ ਸੀ। ਬੱਸ ਚੱਲਦਾ, ਸ਼ਾਇਦ ਉਹ ਇੱਥੇ ਸਾਹ ਲੈਣ ਤੋਂ ਵੀ ਬਚੇ ਹੀ ਰਹਿੰਦੇ। ਉਹਨਾਂ ਦੀ ਉਕਤਾਹਟ ਦੇਖ ਮੇਜ਼ਬਾਨ ਨੇ ਕਿਹਾ ਕਿ ਇਹਨਾਂ ਨੂੰ ਉੱਤੇ ਕਮਰੇ ਵਿੱਚ ਪਹੁੰਚਾਇਆ ਜਾਣਾ ਚਾਹੀਦਾ ਹੈ, ਬੈੱਡ ਲੱਗੇ ਹੋਏ ਸਨ ਉੱਤੇ, ਇਹ ਉੱਪਰ ਰੈਸਟ ਕਰਨ, ਇਹਨਾਂ ਨੂੰ ਸੈਂਡਵਿਚ ਆਦਿ ਉੱਤੇ ਹੀ ਪੁੱਜ ਜਾਣਗੀਆਂ, ਇੱਥੇ ਇਹ ਬੋਰ ਹੋ ਰਹੇ ਹਨ। ਇਵੇਂ ਹੀ ਕੀਤਾ ਗਿਆ ਸੀ। ਮੇਜ਼ਬਾਨ ਨੇ ਕਿਹਾ, ਕਾਕਾ ਪਾਣੀ ਵੀ ਪੀ ਲਓ, ਸਾਡੇ ਫਿਲਟਰਡ ਪਾਣੀ ਆ, ਫਿਲਟਰ ਲੱਗਾ ਹੋਇਆ ਸਾਡੇ। ਫਿਲਟਰਡ ਪਾਣੀ ਆਖਣ ਨਾਲ ਉਹਨਾਂ ਨੇ ਰੱਜ ਰੱਜ ਪਾਣੀ ਪੀ ਲਿਆ, ਨਹੀਂ ਤਾਂ ਉਹਨਾਂ ਨੇ ਉਵੇਂ ਹੀ ਬਿਨਾਂ ਪਾਣੀ ਹੀ ਗੁਜ਼ਾਰਨੀ ਸੀ। ਸੈਂਡਵਿਚ ਵੀ ਆਂਡਿਆਂ ਵਾਲੇ ਉਹਨਾਂ ਨੇ ਦੋ ਦੋ ਤਿੰਨ ਤਿੰਨ ਖਾਧੇ। ਮੁੰਡੇ ਕਲੀਨ ਸ਼ੇਵਨ ਸਨ ਅਤੇ ਦੋਨਾਂ ਨੇ ਹੀ ਜੀਨਾਂ ਅਤੇ ਜਰਸੀਆਂ ਪਹਿਨੀਆਂ ਹੋਈਆਂ ਸਨ, ਰੰਗ ਗੋਰੇ ਨਹੀਂ ਸਨ, ਕਣਕ ਵੰਨੇ ਭਾਰਤੀ ਸਨ, ਪਰ ਉਂਝ ਉਹ ਭਾਰਤੀ ਨਹੀਂ ਸਨ, ਕੈਨੇਡੀਅਨ ਅੰਗਰੇਜ਼ ਸਨ। ਕਲੀਨ ਸ਼ੇਵਨ ਬਾਪ ਵੀ ਸੀ, ਪਰ ਉਹ ਅੰਦਰੋਂ ਪੂਰਾ ਸੂਰਾ ਭਾਰਤੀ ਪੰਜਾਬੀ ਸੀ। ਉਹਨੂੰ ਤਾਂ ਆਪਣੇ ਭਾਰਤ ਨਾਲ, ਪੰਜਾਬ ਨਾਲ ਪਿਆਰ ਸੀ। ਉਹਨਾਂ ਦੇ ਉੱਤੇ ਜਾਣ ਪਿੱਛੋਂ ਉਹ ਸਾਰੇ ਵਿਸਕੀ ਪੀਂਦੇ ਅਤੇ ਦੇਰ ਤੱਕ ਗੱਲਾਂ ਕਰਦੇ ਰਹੇ। ਫਿਰ ਉਹਨਾਂ ਨੇ ਉਹਨਾਂ ਦੇ ਬਾਪ ਨੂੰ ਪੁੱਛਿਆ, ਕਿਹੋ ਜਿਹਾ ਲੱਗਾ ਫਿਰ ਇਹਨਾਂ ਦੋਹਾਂ ਨੂੰ ਆਪਣਾ ਦੇਸ਼ ਇੰਡੀਆ? ਬਸ, ਕਹਿੰਦੇ ਠੀਕ ਆ, ਟ੍ਰੈਫਿਕ ਕਹਿੰਦੇ ਬਹੁਤ ਆ, ਢੰਗ ਤਰੀਕਾ ਨਹੀਂ ਆ,
ਕਦੇ ਗੱਡਾ ਆ ਜਾਂਦਾ ਮੂਹਰੇ, ਕਦੇ ਮੱਝ ਆ ਜਾਂਦੀ ਆ ਅੱਗੇ। ਕੱਚੀ ਥਾਂ ਵੀ ਬਹੁਤ ਆ, ਸੜਕਾਂ ਚੰਗੀਆਂ ਨਹੀਂ ਹਨ, ਲੋਕ ਉੱਚੀ ਬੋਲਦੇ ਹਨ। ਤਾਜ ਮਹਿਲ ਦੇਖਿਆ? ਹਾਂ, ਉਹ ਦਿਖਾਇਆ। ਕੀ ਕਹਿੰਦੇ ਸਨ ਦੇਖ ਕੇ? ਕਹਿੰਦੇ ਸਨ ਕਿ ਚੰਗਾ ਹੈ। ਬਸ, ਕੇਵਲ ਚੰਗਾ ਹੀ? ਬਸ ਇੰਨਾ ਹੀ ਕਿਹਾ ਸੀ। ਦਰਬਾਰ ਸਾਹਿਬ ਅੰਮ੍ਰਿਤਸਰ? ਹਾਂ, ਉਹ ਵੀ ਦੇਖਿਆ। ਉਸ ਬਾਰੇ ਕੀ ਕਹਿੰਦੇ ਸਨ? ਬਸ ਇਹੋ। ਠੀਕ ਹੈ, ਬੋਲਦੇ ਹੀ ਥੋੜ੍ਹਾ ਹਨ। ਯਾਰ, ਇਹ ਤਾਂ ਆਪਣੇ ਦੇਸ਼ ਭਾਰਤ ਦੇ ਅਜੂਬੇ ਹਨ। ਇੱਕ ਚੰਨ ਹੈ ਤੇ ਇੱਕ ਸੂਰਜ। ਅਸਲ ਵਿੱਚ ਇਹਨਾਂ ਨੂੰ ਮਹੱਤਤਾ ਦਾ ਪਤਾ ਨਹੀਂ। ਦੋਨੋਂ ਹੀ ਕਹਿੰਦੇ ਨਾਈਸ ਬਿਲਡਿੰਗਾਂ ਹਨ, ਉਸਨੇ ਥੋੜ੍ਹਾ ਜਿਹਾ ਹੱਸ ਕੇ ਕਿਹਾ। ਬਾਕੀ ਵੀ ਮੁਸਕਰਾ ਪਏ ਕੁਝ। ਇਤਿਹਾਸ ਦੱਸ ਦੇਣਾ ਸੀ, ਫੋਲੋ ਹੀ ਤਾਂ ਕਰਦੇ ਨਹੀਂ, ਇੰਨੇ ਜੋਗੇ ਕਿੱਥੇ ਹਨ। ਅਸਲ ਵਿੱਚ ਇਸ ਗੱਲੋਂ ਮੈਂ ਬਹੁਤ ਹੀ ਪਰੇਸ਼ਾਨ ਹਾਂ। ਮੈਂ ਚਾਹੁੰਦਾ ਕਿ ਇਹ ਆਪਣੀ ਮਾਤਰ ਭੂਮੀ ਨਾਲ ਜੁੜਨ, ਆਪਣੇ ਆਪ ਦੀ ਜੜ ਨੂੰ ਜਾਣਨ। ਪਰ ਜਦੋਂ ਅਸੀਂ ਆਏ ਸਾਂ, ਸਵੇਰ ਵੇਲੇ ਦਿੱਲੀ ਏਅਰਪੋਰਟ ਉੱਤੇ ਪੁੱਜੇ ਸਾਂ, ਜਹਾਜ਼ ਲੈਂਡ ਕਰਨ ਲੱਗਾ, ਮੇਰੇ ਮੂੰਹ ਆਪਣੇ ਆਪ ਹੀ ਆ ਗਈ ਮੇਰੀ ਮਾਤਰ ਭੂਮੀ। ਮਾਤਰ ਭੂਮੀ, ਨਮਸਕਾਰ, ਲਫ਼ਜ਼ ਨਿਕਲ ਰਹੇ ਸਨ, ਪਰ ਇਹ ਦੋਵੇਂ ਚੁੱਪ ਸਨ। ਜਹਾਜ਼ ਵਿੱਚੋਂ ਲੱਥੇ ਤਾਂ ਮੈਂ ਧਰਤੀ ਨੂੰ ਹੱਥ ਲਾ ਕੇ ਮੱਥੇ ਨਾਲ ਛੁਹਾਇਆ ਤੇ ਨਮਸਕਾਰ ਆਖਿਆ, ਪਰ ਇਹ ਚੁੱਪ ਦੇ ਚੁੱਪ ਸਨ। ਦੋਨਾਂ ਨੂੰ ਫੀਲਿੰਗ ਹੀ ਕੋਈ ਨਹੀਂ ਸੀ, ਸਗੋਂ ਮੈਨੂੰ ਇਉਂ ਦੇਖਣ ਜਿਵੇਂ ਮੈਂ ਕੋਈ ਪੱਥਰ ਯੁੱਗ ਦਾ ਪਛੜਿਆ ਹੋਇਆ ਵਿਅਕਤੀ ਹੋਵਾਂ। ਅਸਲ ਵਿੱਚ ਨਿਰੰਜਨ ਸਿੰਘ ਜੀ, ਮੇਜ਼ਬਾਨ ਨੇ ਆਖਿਆ, ਇਹ ਇੱਥੇ ਇਸ ਦੇਸ਼ ਦੇ ਨਾਲ ਫੈਮਿਲੀਅਰ ਨਹੀਂ ਹਨ, ਨਾ ਹੀ ਹੋ ਸਕਦੇ ਹਨ। ਇਹਨਾਂ ਦਾ ਦੇਸ਼ ਇਹ ਹੈ ਵੀ ਨਹੀਂ, ਇਹਨਾਂ ਦਾ ਦੇਸ਼ ਕੈਨੇਡਾ ਹੈ। ਇੱਥੇ ਤਾਂ ਇਹ ਕੇਵਲ ਜੰਮੇ ਹੀ ਹਨ, ਤੇ ਜੰਮ ਕੋਈ ਕਿਤੇ ਵੀ ਸਕਦਾ। ਬਚਪਨ ਕਿੱਥੇ ਕਿਸ ਮਾਹੌਲ ਵਿੱਚ ਬੀਤਿਆ, ਉਸ ਮਾਹੌਲ ਨਾਲ ਹੀ ਕਿਸੇ ਦਾ ਮੋਹ ਪਿਆਰ ਹੋ ਸਕਦਾ। ਸੋ ਇਸ ਵਿੱਚ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ ਆ। ਤੁਸੀਂ ਪਰੇਸ਼ਾਨ ਨਾ ਹੋਵੋ, ਪਰੇਸ਼ਾਨ ਤਾਂ ਹੋਣਾ ਤੁਹਾਨੂੰ ਉੱਕਾ ਹੀ ਨਹੀਂ ਚਾਹੀਦਾ। ਇਹ ਮੁੰਡੇ ਭਾਰਤੀ ਨਹੀਂ, ਨਾ ਹੀ ਇਹ ਪੰਜਾਬੀ ਹਨ, ਇਹ ਵਿੱਚ ਵਿਚਾਲਾ ਜਿਹੇ ਹਨ। ਇਹਨਾਂ ਦੇ ਪੁੱਤਰ ਧੀਆਂ ਹੋਰ ਵੀ ਓਪਰੇ ਹੋ ਜਾਣੇ ਹਨ, ਇਉਂ ਹੀ ਕਦੇ ਜਾ ਕੇ ਨਸਲਾਂ ਬਦਲ ਜਾਂਦੀਆਂ ਹਨ। ਚੰਡੀਗੜ੍ਹ ਨੂੰ ਕਹਿੰਦੇ ਸਨ ਕਿ ਹਾਂ, ਇਹ ਕੁਝ ਠੀਕ ਆ, ਇੱਥੇ ਰਿਹਾ ਜਾ ਸਕਦਾ। ਉਹ ਯੂਰਪ ਦੇ ਨੇੜੇ ਆ ਨਾ, ਉਹ ਇੱਕ ਫਰਾਂਸੀਸੀ ਆਰਕੀਟੈਕਟ ਨੇ ਨਕਸ਼ਾ ਵਾਇਆ ਹੋਇਆ ਤੇ ਮਾਡਰਨ ਲੇਆਊਟ ਆ, ਆਪੇ ਹੀ ਪਸੰਦ ਆਉਣਾ ਹੈ। ਬਾਕੀ ਗੱਲਾਂ ਬਹੁਤੀਆਂ ਰਹਿਣ ਸਹਿਣ ਦੀਆਂ ਵੀ ਹੁੰਦੀਆਂ ਹਨ ਤੇ ਆਦਤ ਚ ਹੀ ਪੈ ਜਾਣਦੀਆਂ ਵੀ। ਜੇ ਚੰਡੀਗੜ੍ਹ ਵਿੱਚ ਰਹਿਣ ਵਾਲੇ ਨੂੰ ਪਿੰਡ ਜਾ ਕੇ ਰਹਿਣਾ ਪਵੇ, ਉਹਨੂੰ ਔਖ ਹੋ ਜਾਂਦੀ ਆ। ਕਿੱਥੇ ਤਾਂ ਫਲੱਸ਼ਾਂ ਸੀਟਾਂ, ਕਿੱਥੇ ਬਾਹਰ ਖੇਤਾਂ ਵਿੱਚ ਜਾਣਾ। ਹੋਰ ਛੱਡ, ਪਿੰਡਾਂ ਵਿੱਚ ਰਹਿਣ ਵਾਲਾ ਵੀ ਚੰਡੀਗੜ੍ਹ ਵਿੱਚ ਆ ਕੇ ਪਰੇਸ਼ਾਨ ਜਿਹਾ ਹੋ ਜਾਂਦਾ। ਇੱਕ ਵਾਰੀ ਕੋਈ ਬੁੱਢੀ ਤੇ ਬੁੱਢਾ ਆਪਣੇ ਪੁੱਤਰ ਕੋਲ ਚੰਡੀਗੜ੍ਹ ਆਈ। ਮਾਈ ਨੂੰ ਚੰਡੀਗੜ੍ਹ ਟੱਟੀ ਨਾ ਆਵੇ। ਆਖੇ ਘਰ ਵਿੱਚ ਹੀ ਟੱਟੀ? ਟੱਟੀ ਤਾਂ ਬਾਹਰ ਜਾਈਦਾ ਹੈ। ਘਰ ਵਾਲੇ ਨੂੰ ਆਖਣ ਲੱਗੀ, ਚਲੋ ਜੀ ਚੱਲੀਏ ਪਿੰਡ। ਤੀਜੇ ਦਿਨ ਪਿੰਡ ਮੁੜ ਆਈ ਉਹ, ਠੱਟੀ ਹੀ ਨਾ ਉਤਰੇ ਉਹਨੂੰ ਤਾਂ। ਇਸ ਲਈ ਨਿਰੰਜਨ ਸਿੰਘ ਜੀ, ਤੁਸੀਂ ਪਰੇਸ਼ਾਨ ਨਾ ਹੋਵੋ, ਉਹਨਾਂ ਦਾ ਇਹ ਦੇਸ਼ ਨਹੀਂ। ਦੂਜੀ ਗੱਲ ਇਹ ਵੀ ਆ ਕਿ ਦੁਨੀਆ ਸਾਰੀ ਹੀ ਆਪਣੀ ਆ, ਸਾਰੇ ਆਪਣੇ ਦੇਸ਼ ਹਨ। ਹਿੰਦੁਸਤਾਨ ਵੀ ਆਰੀਆਂ ਦਾ ਦੇਸ਼ ਨਹੀਂ ਸੀ ਹੁੰਦਾ ਪਹਿਲਾਂ, ਤੇ ਅੱਜ ਇਹ ਹੈ ਹੀ ਆਰੀਆਂ ਦਾ। ਮੁਗਲ ਆਏ, ਪਠਾਨ ਆਏ, ਇੱਥੋਂ ਦੇ ਹੀ ਹੋ ਗਏ, ਹਾਲਾਂਕਿ ਬਾਹਰੋਂ ਆਏ ਸਨ,
ਸੋ ਇਸ ਗੱਲ ਦੀ ਚਿੰਤਾ ਨਾ ਕਰੋ। ਅੱਜ ਤਾਂ ਦੁਨੀਆ ਉਂਝ ਵੀ ਸਾਰੀ ਇੱਕ ਹੁੰਦੀ ਜਾ ਰਹੀ ਆ, ਸੱਭਿਆਚਾਰ ਆਪੋ ਵਿੱਚ ਕਰੰਗੜੀਆਂ ਪਾ ਰਹੇ ਹਨ। ਅੰਗਰੇਜ਼ਾਂ ਦੇ ਘਰ ਹਬਸ਼ਣਾ, ਹਬਸ਼ੀਆਂ ਦੇ ਘਰ ਮੀਮਾਂ, ਗੱਲ ਤਾਂ ਇਹ ਠੀਕ ਹੈ ਪਰ 11:30 ਵੱਜ ਗਏ ਸਨ, ਸੌਣ ਦਾ ਵੇਲਾ ਹੋ ਗਿਆ ਸੀ। ਨਿਰੰਜਨ ਸਿੰਘ ਨੂੰ ਉੱਤੇ ਮੁੰਡਿਆਂ ਕੋਲ ਹੀ ਭੇਜਿਆ ਗਿਆ ਸੀ ਤਾਂ ਜੋ ਉਹਨਾਂ ਦੀ ਲੋੜ ਅਨੁਸਾਰ ਉਹ ਉਹਨਾਂ ਦੀ ਖਬਰਗਿਰੀ ਰੱਖੇ, ਕਿਉਂਕਿ ਉਹਨਾਂ ਦੀ ਮਾਨਸਿਕਤਾ ਦਾ ਜਿੰਨਾ ਉਸਨੂੰ ਪਤਾ ਸੀ ਹੋਰ ਕਿਸੇ ਨੂੰ ਨਹੀਂ ਸੀ। ਇਸ ਲਈ ਉਸਨੂੰ ਉੱਪਰ ਉਹਨਾਂ ਕੋਲ ਹੀ ਸੌਣਾ ਚਾਹੀਦਾ ਸੀ। ਬਾਕੀ ਸਾਰੇ ਇੱਧਰ ਉੱਧਰ ਐਡਜਸਟ ਹੋ ਗਏ ਸਨ। ਕੋਠੀ ਭਾਵੇਂ ਵੱਡੀ ਨਹੀਂ ਸੀ ਪਰ ਦਿਲ ਜ਼ਰੂਰ ਕੋਠੀ ਵਾਲੇ ਮੇਜ਼ਬਾਨ ਦਾ ਵੱਡਾ ਸੀ। 5 ਬੰਦੇ ਅਚਾਨਕ ਹੀ ਆਏ, ਦਿੱਲੀ ਵਿੱਚ ਸਾਹਮਣੇ ਕੋਈ ਛੋਟੀ ਗੱਲ ਨਹੀਂ ਸੀ, ਉਹ ਵੀ ਇੱਕ ਨੌਕਰੀ ਤੋਂ ਰਿਟਾਇਰ ਹੋਏ ਪ੍ਰੋਫੈਸਰ ਲਈ। ਭਾਵੇਂ ਪੁੱਤ ਅਤੇ ਨੂੰਹ ਦੋਵੇਂ ਚੰਗੀਆਂ ਨੌਕਰੀਆਂ 'ਤੇ ਸਨ ਜੋ ਮਹਾਰਾਸ਼ਟਰ ਵਿੱਚ ਸਨ, ਪਰ ਉਹ ਆਪਣੀ ਥਾਵੇਂ ਸਨ। ਇਸ ਘਰ ਵਿੱਚ ਉਹ 3 ਇੱਥੇ ਦਿੱਲੀ ਰਹਿ ਰਹੇ ਸਨ, ਉਹ ਆਪ, ਉਸਦੀ ਪਤਨੀ ਅਤੇ ਉਸਦੀ ਪੁੱਤਰੀ। 8 ਜੀ ਅੱਜ ਇਸ ਕੋਠੀ ਵਿੱਚ ਸੌਂ ਰਹੇ ਸਨ। 8 ਨੇ ਹੀ ਖਾਣਾ ਖਾਧਾ, ਸਵੇਰ ਹੋਈ, ਉੱਠੇ। ਮੁੰਡੇ ਅਤੇ ਉਹਨਾਂ ਦਾ ਪਿਤਾ ਉੱਪਰੋਂ ਹੀ ਤਿਆਰ ਹੋ ਕੇ ਡਰਾਇੰਗ ਰੂਮ ਵਿੱਚ ਆਏ ਸਨ। ਇਸ ਸਮੇਂ ਉਹ ਇੱਧਰ ਉੱਧਰ ਸੋਫਿਆਂ ਉੱਤੇ ਬੈਠੇ ਹੋਏ ਸਨ, ਟੋਇਲਟ ਅਤੇ ਬਾਥਰੂਮ ਉੱਤੇ ਵੀ ਬਣੇ ਹੋਏ ਸਨ, ਇਸ ਲਈ ਉਹ ਇਸ ਕੰਮੋਂ ਉੱਤੇ ਹੀ ਫਾਰਗ ਹੋ ਗਏ ਸਨ। ਟੋਇਲਟ ਇੰਗਲਿਸ਼ ਨਹੀਂ ਸੀ, ਬੈਠਵੀਂ ਹਿੰਦੁਸਤਾਨੀ ਸੀ। ਚਲੋ ਕਿਵੇਂ ਨਾ ਕਿਵੇਂ ਉਹਨਾਂ ਦੋਹਾਂ ਨੇ ਕੰਮ ਚਲਾ ਲਿਆ ਹੋਵੇਗਾ, ਮੁੰਡਿਆਂ ਦੀ ਹੀ ਮੁਸ਼ਕਿਲ ਸੀ। ਬਾਪ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ, ਉਹੀ ਸਨ ਸਮੱਸਿਆ। ਹੇਠਾਂ ਵੀ ਜੋ ਟੋਇਲਟ ਸੀ ਉਹ ਵੀ ਹਿੰਦੁਸਤਾਨੀ ਸੀ। ਬਾਹਰ ਦੇਖਿਆ ਤਾਂ ਬਾਰਿਸ਼ ਪੈਂਦੀ ਨਜ਼ਰ ਆਈ, ਜਨਵਰੀ ਦੀ ਬਾਰਿਸ਼, ਚਾਂਦੀ ਵਰਗੀ ਸਾਫ਼ ਕਣੀ। ਹਾਂ ਬਈ ਨੌਜਵਾਨੋ, ਇੰਡੀਆ ਦੀ ਬਾਰਿਸ਼ ਦੇਖੋ, ਦੁਨੀਆ ਵਿੱਚ ਇੰਨੀ ਸੋਹਣੀ ਬਾਰਿਸ਼ ਕਿਤੇ ਵੀ ਨਹੀਂ ਹੁੰਦੀ, ਪੱਛਮ 'ਚ ਤਾਂ ਔਖਾ ਹੀ ਨਹੀਂ। ਉਹਨਾਂ ਵਿੱਚੋਂ ਕਿਸੇ ਨੇ ਮੁੰਡਿਆਂ ਨੂੰ ਸੰਬੋਧਨ ਕੀਤਾ, ਨਾ ਹੀ ਇੰਨੇ ਸੋਹਣੇ ਬੱਦਲ ਕਿਸੇ ਹੋਰ ਥਾਂ ਹੁੰਦੇ ਨੇ, ਕਾਲੇ ਘੱਟ ਕਨਕੋਰ ਬੱਦਲ। ਮੁੰਡੇ ਸਿਰਫ ਸੁਣਦੇ ਰਹੇ ਅਤੇ ਬਿਟਰ ਬਿਟਰ ਤੱਕਦੇ ਰਹੇ ਪਰ ਮੂੰਹੋਂ ਕੁਝ ਵੀ ਬੋਲੇ ਨਹੀਂ। ਇਹ ਜਨਵਰੀ ਦੇ ਦਿਨ ਹਨ, ਇੰਡੀਆ ਦੀ ਧੁੱਪ ਵੀ ਬਹੁਤ ਹੀ ਖੂਬਸੂਰਤ ਹੁੰਦੀ ਆ ਜਨਵਰੀ ਦੇ ਦਿਨਾਂ ਵਿੱਚ, ਪੀਲੀ ਪੀਲੀ ਰੇਸ਼ਮੀ ਧੁੱਪ, ਪੀਲੀ ਨਹੀਂ ਬਸੰਤੀ ਧੁੱਪ। ਮੁੰਡੇ ਫਿਰ ਵੀ ਚੁੱਪ ਸਨ, ਬਸ ਤੱਕਦੇ ਹੀ ਰਹੇ ਸਨ ਖਾਲੀ ਖਾਲੀ ਅੱਖਾਂ ਨਾਲ। ਇਹ ਬਸੰਤ ਦੇ ਦਿਨ ਹਨ, ਕੁਝ ਦਿਨਾਂ ਤੱਕ ਲੋਹੜੀ ਆ, ਫਿਰ ਬਸੰਤ ਆ ਜਾਵੇਗੀ। ਉਵੇਂ ਸਾਰੀ ਹੁਣੇ ਤੋਂ ਬਸੰਤ ਰੋਤੀ ਚੱਲ ਰਹੀ ਆ। ਇਹਨਾਂ ਨੂੰ ਕੀ ਪਤਾ ਹੈ ਜੀ ਇਹਨਾਂ ਸੁੰਦਰਤਾਈਆਂ ਦਾ, ਇਸੇ ਦਾ ਹੀ ਤਾਂ ਮੈਨੂੰ ਦੁੱਖ ਆ, ਉਹਨਾਂ ਦਾ ਪਿਤਾ ਬੋਲਿਆ। ਇਹਨਾਂ ਨੂੰ ਆਪਣੇ ਆਪ ਦਾ ਅਤੇ ਆਪਣੇ ਦੇਸ਼ ਦਾ ਕੁਝ ਪਤਾ ਹੀ ਨਹੀਂ। ਮੈਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਚਲੋ ਡੈਡ ਆਪਾਂ ਹੁਣ ਵਾਪਸ ਚੱਲੀਏ, ਹਿੰਦੁਸਤਾਨ ਦੇ ਸੂਰਜ ਵਰਗਾ ਸੂਰਜ ਕਿਤੇ ਵੀ ਨਹੀਂ ਆ ਅਤੇ ਨਾ ਹੀ ਕਿਤੇ ਚੰਦਰਮਾ। ਦੇਖੇ ਹਨ ਇਹ ਚੰਨ ਸੂਰਜ? ਦੋਹਾਂ ਨੇ ਥੋੜ੍ਹਾ ਜਿਹਾ ਹੇਠਾਂ ਉੱਤੇ ਸਿਰ ਹਿਲਾਇਆ। ਸਾਡੀ ਚੰਨ ਚਾਨਣੀ ਵੀ ਬਹੁਤ ਹੀ ਖੂਬਸੂਰਤ ਆ, ਚਿੱਟੀ ਚੰਨ ਦੀ ਚਾਨਣੀ। ਮੁੰਡੇ ਕੇਵਲ ਤੱਕਦੇ ਰਹੇ। ਸਾਡੀ ਕਾਲੀ ਰਾਤ ਦਾ ਵੀ ਕਿਤੇ ਕੋਈ ਜਵਾਬ ਨਹੀਂ, ਮੱਸਿਆਂ ਦੀ ਕਾਲੀ ਰਾਤ, ਜਿਵੇਂ ਕਿ ਕਾਲੀ ਮਖਮਲ ਵਿੱਚ ਸਿਤਾਰੇ ਜੜੇ ਹੁੰਦੇ ਹਨ। ਅੱਗੇ ਕਿਹਾ ਗਿਆ, ਸਾਡਾ ਪਿੱਪਲ ਸਾਡਾ ਮੋਰ, ਪਿੱਪਲ ਕੌਮੀ ਬਿਰਛਾ,
ਮੋਰ ਸਾਡਾ ਕੌਮੀ ਪੰਛੀ। ਮੁੰਡਿਆਂ ਦੀਆਂ ਅੱਖਾਂ ਉਵੇਂ ਹੀ ਖੁੱਲ੍ਹੀਆਂ ਤੇ ਖਾਲੀ ਸਨ। ਸੱਚ, ਇਹਨਾਂ ਦੇ ਨਾਂ ਕੀ ਹਨ? ਨਾਂ ਤਾਂ ਇਹਨਾਂ ਦੇ ਪੁੱਛੇ ਹੀ ਨਹੀਂ। ਕਿਉਂ ਬਈ ਨੌਜਵਾਨੋ, ਕੀ ਹਨ ਨਾਂ ਤੁਹਾਡੇ? ਇੱਕ ਦਾ ਨਾਂ ਹਰਿੰਦਰ ਸਿੰਘ ਤੇ ਦੂਜੇ ਦਾ ਗੁਰਿੰਦਰ ਸਿੰਘ, ਉਹਨਾਂ ਦਾ ਬਾਪ ਬੋਲਿਆ। ਕੈਨੇਡਾ ਵਿੱਚ ਆਪਣੇ ਆਪ ਨੂੰ ਇੱਕ ਹੈਰੀ ਅਖਵਾਉਂਦਾ ਤੇ ਦੂਜਾ ਗੈਰੀ। ਚਲੋ, ਬਹੁਤ ਵਧੀਆ, ਬਹੁਤ ਸੁੰਦਰ ਨਾਂ ਹਨ। ਪਰ ਮੁੰਡੇ ਕੁਝ ਨਹੀਂ ਬੋਲੇ ਸਨ। 20-22 ਜਾਂ ਵੱਧ ਤੋਂ ਵੱਧ 25 ਦਿਨ ਲਈ ਉਹ ਇੰਡੀਆ ਰਹੇ ਹੋਣਗੇ। ਆਖਰ ਨੂੰ ਉਹਨਾਂ ਦੇ ਵਾਪਸ ਜਾਣ ਲਈ ਸੀਟਾਂ ਬੁੱਕ ਕਰਵਾਈਆਂ ਗਈਆਂ ਸਨ। ਸੀਟਾਂ ਬੁੱਕ ਹੋਣ ਨਾਲ ਹੀ ਦੋਨਾਂ ਦੀਆਂ ਅੱਖਾਂ ਵਿੱਚ ਚਮਕ ਜਿਹੀ ਆ ਗਈ ਸੀ। ਜਿਸ ਦਿਨ ਜਹਾਜ਼ ਉੱਡਿਆ, ਉਹਨਾਂ ਦੇ ਪਿਤਾ ਦੀਆਂ ਅੱਖਾਂ ਵਿੱਚ ਤਾਂ ਹੰਝੂ ਛਲਕ ਆਏ ਸਨ, ਪਰ ਉਹਨਾਂ ਦੋਹਾਂ ਦੀਆਂ ਅੱਖਾਂ ਵਿੱਚ ਚੰਨ ਤੇ ਸੂਰਜ ਦੀਆਂ ਕਿਰਨਾਂ ਤੇ ਸਿਤਾਰੇ ਚਮਕ ਰਹੇ ਸਨ। ਉਹ ਇਸ ਲਈ ਕਿਉਂਕਿ ਹੁਣ ਉਹ ਆਪਣੇ ਦੇਸ਼ ਵੱਲ ਨੂੰ ਉੱਡਦੇ ਜਾ ਰਹੇ ਸਨ। ਸੋ ਕਿਵੇਂ ਦੀ ਲੱਗੀ ਕਹਾਣੀ? ਇੱਕ ਲਾਈਕ ਕਰਕੇ ਜ਼ਰੂਰ ਦੱਸਿਓ, ਕਮੈਂਟ ਵੀ ਜ਼ਰੂਰ ਕਰਿਓ ਅਤੇ ਆਪਣੇ ਸੁਝਾਅ ਵੀ ਦਿੰਦੇ ਰਹੋ, ਉਡੀਕ ਰਹੇਗੀ। ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬਾਕੀ ਦੀਆਂ ਕਹਾਣੀਆਂ ਵੀ ਜ਼ਰੂਰ ਸੁਣਿਓ, ਤੁਹਾਨੂੰ ਉਹ ਵੀ ਜ਼ਰੂਰ ਪਸੰਦ ਆਉਣਗੀਆਂ। ਧੰਨਵਾਦ।